ਵੱਡੇ ਪੱਧਰ ਤੇ ਕਿਹਾ ਗਿਆ ਕਿ ਦੀਪ ਨੂੰ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦਿੰਦੇ ਹੋ ਜਾਂ ਉਹਨਾਂ ਦਾ ਥਾਟ ਦੇ ਲੈਵਲ ਤੇ ਤੁਸੀਂ ਉਹਦੇ ਨਾਲ ਚਰਚਾ ਚ ਰਹਿੰਦੇ ਹੋ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਲਓ ਕੀ ਤੁਹਾਨੂੰ ਲੱਗਦਾ ਕਿ ਕੋਈ ਕੋਈ ਮਲੇਕ ਤਾਂ ਤੁਸੀਂ ਆਪਦੇ ਲੈਵਲ ਦੇ ਉੱਤੇ ਕਹਿ ਰਹੇ ਹੋਗੇ ਦੀਪ ਦੀ ਪੂਰੀ ਪੋਲਿਟਿਕਸ ਨੂੰ ਕਿਵੇਂ ਦੇਖ ਦਿੰਦਾ ਮੈਂ ਦੀਪ ਬਾਰੇ ਮੈਂ ਇੱਕੋ ਗੱਲ ਕਹਿ ਦਿੰਦਾ ਦੀਪ ਨੂੰ ਬਹੁਤ ਬੰਦੇ ਗਲਤ ਸਮਝ ਰਹੇ ਨੇ ਦੀਪ ਨੂੰ ਇਹ ਸਮਝ ਰਹੇ ਕਿ ਉਹਨੂੰ ਕੋਈ ਚਲਾ ਸਕਦਾ ਮੈਂ ਦੀਪ ਨਾਲ ਆਪਦੇ ਐਕਸਪੀਰੀਅੰਸ ਚੋ ਇਸ ਤਿੱਤੇ ਪੋਂਚੌ ਕਿਸੇ ਦਾ ਚਲਾਇ ਕੱਤ ਨਹੀਂ ਚਲਿਆ ਨਾ ਮੇਰਾ ਨਾ ਕਿਸੇ ਹੋਰ ਦਾ ਹੀ ਸੋ ਇੰਡੀਪੈਂਡੈਂਟ ਮਾਈਂਡ ਦਾੰਦ ਦਾ ਗੁਲਾਮ ਹੈ ਜਦੋਂ ਮੈਂ ਪਹਿਲਾਂ ਕਿਹਾ ਕੋਈ ਕਿਸੇ ਵਿਦਵਾਨ ਦਾ ਗੁਲਾਮ ਹੈ ਤੇ ਮੈਂ ਤਾਂ ਗੁਲਾਮ ਬਣਾਉਣਾ ਨਹੀਂ ਚਾਹੁੰਦਾ ਮੈਂ ਤਾਂ ਕੌਨਸ਼ੀਅਸ ਆ ਇਸ ਲਈ ਵੀ ਉਹਨੇ ਕਈ ਗੱਲਾਂ ਮੈਂ ਕਈਆਂ ਉਹਨੇ ਨਹੀਂ ਮੰਨੀਆਂ ਹੋਰ ਬੰਦਿਆਂ ਨੇ ਉਹਦੇ ਨਾਲ ਲਕੀਰ ਖੇਚ ਲਈ ਇਹ ਵਰਤੋਰ ਦਾ ਬੰਦੇ ਸਾਡੀ ਗੱਲ ਨਹੀਂ ਮੰਨਦੇ ਮੈਨੂੰ ਕੋਈ ਜਿੰਨੀ ਨੇ ਮੰਨ ਲਈ ਹੋ ਵੀ ਠੀਕ ਹੈ ਨਹੀਂ ਮੰਨੀ ਤਾਂ ਕੀ ਹੋਵੇ ਪਰ ਇਹ ਤੋਂ ਵੱਡੀ ਕੋਈ ਤਮੰਨਾ ਨਹੀਂ ਸੀ ਵੀ ਜਦੋਂ ਦਿੱਥੇ ਡਿਸੀਜਨ 메ਕਿੰਗ ਹੁੰਦਾ ਉਸ ਮੀਟਿੰਗ ਚ ਦੀਪ ਸਿੱਧੂ ਤੇ ਲੱਖਾ ਸਦਾ ਇਹ ਸ਼ਾਮਲ ਕਰ ਲੈਣੇ ਚਾਹੀਦੇ ਉਹਦਣਾ ਕੀ ਹੋ ਜਾਣਾ ਫਰਕ ਪੈਂਦਾ ਇਹ ਇਸ ਨਾਲ ਫਰਕ ਜਾਤਬੰਦ ਰੇ ਪੈਂਦਾ ਜਦੋਂ ਤੁਸੀਂ ਸਿਰ ਆਪਣੀ ਬੰਦਿਆਂ ਚ ਫੈਸਲੇ ਕਰ ਰਹੇ ਹੋ ਤੁਸੀਂ ਸਿਰ ਜੈਕਟ ਹੋ ਜਾਣਾ ਸੋ ਤੁਹੋ ਗਲਤ ਫੈਸਲੇ ਲਏ। ਜਿਵੇਂ ਤੁਸੀਂ ਕਿਹਾ ਕਿ ਨਕਸਲਵਾੜੀ ਮੂਵਮੈਂਟ ਬਾਰੇ ਵੀ ਤੁਹਾਨੂੰ ਲੱਗ ਜਾਂ ਤੁਹਾਨੂੰ ਲੱਗਦੇ ਬਹੁਤ ਸਾਰੀਆਂ ਗਲਤੀਆਂ ਤੁਹਾਨੂੰ ਲੱਗਦਾ ਹੈ ਹਾਲਾਂਕਿ ਤੁਸੀਂ ਧਿਰ ਨਹੀਂ ਸੀ ਕੋਈ ਕਿਸਾਨ ਅੰਦੋਲਨ ਚ ਪਰ ਇੱਕ ਬਹੁਤ ਵੱਡਾ ਮਾਹੌਲ ਸੀ ਉੱਥੇ ਤੁਹਾਨੂੰ ਮੰਨੇਗਾ ਤੁਸੀਂ ਫੀਡ ਕਰ ਰਹੇ ਸੀ। ਤੁਹਾਨੂੰ ਮੇਰਾ ਇੱਕ ਸਵਾਲ ਪੂਰਾ ਹੋ ਜਾਂਦਾ। ਤੁਹਾਨੂੰ ਕੋਈ ਉਸ ਪੂਰੀ ਮੂਵਮੈਂਟ ਜੋ ਕੁਝ ਕਿਸਾਨ ਅੰਦੋਲਨ ਚ ਹੋਇਆ ਜੋ ਡਿਫਰੈਂਸ ਹੋਏ ਜੋ ਲੈਫਟ ਵਰਸਸ ਸਿੱਖ ਹੋ ਗਿਆ ਕਾਮਰਡ ਵਰਸ ਸਿੱਖ ਜਾ ਬਹੁਤ ਸਾਰਾ ਕੁਝ ਹੋਇਆ ਉਤੇ ਕੋਈ ਤੁਹਾਨੂੰ ਦੁੱਖ ਹੈ ਜਾਂ ਤੁਹਾਨੂੰ ਲੱਗਦਾ ਹੈ ਤਾਂ ਹੋਣਾ ਹੀ ਸੀਗਾ ਇਹ ਤਾਂ ਹੁੰਦਾ ਹੀ ਹੁੰਦਾ ਨਹੀਂ ਉਹ ਤਾਂ ਮੇਰਾ ਹੈ ਵੀ ਇਹ ਇਨੈਵਿਟੇਬਲ ਸੀ ਇਨ ਸੈਂਸ ਪਰ ਮੇਰੀ ਇੱਕ ਖੁਸ਼ ਫਹਮੀ ਸੀ ਵਿਚਫੁਲ ਥਿੰਕਿੰਗ ਮੈਨੂੰ ਇਹ ਲੱਗਦਾ ਸੀ ਸਮੇਂ ਨਾਲ ਬੰਦਿਆਂ ਦਾ ਫਰਕ ਕਿਉਂ ਮੇਰੇ 'ਚ ਪਿਆ ਪੈ ਜਾਂਦਾ ਹੁੰਦਾ ਕਈ ਵਾਰ ਤੁਸੀਂ ਥਾਟ ਦੇ ਲੈਵਲ ਤੇ ਨਹੀਂ ਤੁਹਾਨੂੰ ਮੂਮੈਂਟ ਟੀ ਮੈਨੂੰ ਇਹ ਲੱਗਦਾ ਸੀ ਜਦਵਿੰਦਰ ਉੱਥੇ ਜੋ ਮਾਹੌਲ ਬਣਿਆ ਨਾ ਉਹ ਇੰਨਾ ਪਵਿੱਤਰਤਾ ਵਾਲਾ ਮਾਹੌਲ ਹੈ ਜਦੋਂ ਬੰਦੇ ਪਰਿਵਾਰਾਂ ਨੂੰ ਯਾਰ ਜਿਵੇਂ ਤੀਰਥ ਯਾਤਰਾ ਤੇ ਨਹੀਂ ਲਿਆਉਂਦੇ ਜਿੱਥੇ ਅਸਿੱਧੂ ਮੁਸੇ ਵਾਲਾ ਕਹਿ ਰਿਹਾ ਵੀ ਯਾਰ ਪਤਾ ਨਹੀਂ ਕੀ ਬਾਕੀ ਥਾਵਾਂ ਤੇ ਕਿਸੇ ਦਾ ਮੋਟਾ ਵਿਚਵੱਜੇ ਅਗਲੇ ਖੈਬਰ ਖੈਬਰੀ ਦਾ ਇੱਥੇ ਕੋਈ ਮਾਇੰਦ ਹੀ ਨਹੀਂ ਹੁੰਦਾ ਬੰਦਾ ਇੱਕ ਵਾਰ ਟ੍ਰਾਂਸੈਂਡ ਕਰਦਾ ਸੀ ਕਿਤੇ ਉਹ ਮਾਹੌਲ ਸੀ ਮਾਹੌਲ ਤੇ ਪਵਿੱਤਰਤਾ ਸੀ ਮੈਨੂੰ ਐਸੀ ਬੰਦੇ ਬਾਦਲ ਜਾਣਗੇ ਉੱਥੇ ਬਹਿ ਕੇ ਸ਼ਾਸ਼ਾ ਐ ਸੋਚਣਾ ਐ ਕਰੀਏ ਐ ਕਰੀਏ ਇਹ ਨਹੀਂ ਗੱਲਾਂ ਹੋਣਗੀਆਂ ਤੇ ਮੈਂ ਕਈ ਇੰਟਰਵਿਊ ਦੇ ਵਿੱਚ ਉਗਰਾਹਾਂ ਬਾਰੇ ਬੜਾ ਪੋਜ਼ਿਟਿਵ ਬੋਲਿਆ ਉਹ ਮੈਨੂੰ ਇਧਰੋਂ ਵੀ ਗਾਲਾਂ ਪੈ ਗਈਆਂ ਤੇ ਉਹਨੇ ਤਾਂ ਕੁਝ ਵੀ ਨਹੀਂ ਦਿਖਾਇਆ ਮਤਲਬ ਮੈਨੂੰ ਦੁੱਖ ਹੋਇਆ ਮੈਨੂੰ ਉਗਰਾਹਾਂ ਦਾ ਬਹੁਤ ਦੁੱਖ ਹੋਇਆ ਯਾਰ ਬੰਦੇ ਦਾ ਕੀ ਬਣ ਗਿਆ ਮੈਂ ਤਾਂ ਦੇਖਿਆ ਹੋਇਆ ਹੈ ਬਸ ਇੱਥੋਂ ਮੈਨੂੰ ਲੱਗਦਾ ਕੋਈ ਵੀ ਆ ਜਿਹੜੀ ਜਥੇਬੰਦੀ ਹੈ ਕਿਉਂਕਿ ਬੰਦਾ ਉੱਥੇ ਬੰਦੇ ਦਾ ਗੁਲਾਮ ਹੈ ਤੇ ਗੁਲਾਮ ਬੰਦੇ ਨੇ ਕੀ ਕਰੋ ਕਰਨਾ ਉਹ ਤਾਂ ਜਥੇ ਬੰਤਾ ਫਿਰ ਬੰਦਿਆਂ ਦੇ ਘਾਣ ਕਰ ਦਿੰਦੀ ਹੈ ਕੋਈ ਵੀ ਜਿਹੜਾ ਸਪਿਰਚੂਅਲੀ ਤਬੇਕੰਡ ਜਾਂ ਮੋਟੀਵੇਟਿਡ ਨਹੀਂ ਬੰਦੀ ਕੋਈ ਤੁਹਾਨੂੰ ਵੀ ਤਾਂ ਐ ਕਹਿ ਸਕਦਾ ਜਿਵੇਂ ਇਹ ਤਾਂ ਬਹੁਤ ਵੱਡੇ ਪੱਧਰ ਤੱਕ ਹੈਗਾ ਕਿ ਦੀਪ ਨੂੰ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦਿੰਨੇ ਹੋ ਜਾਂ ਉਹਨਾਂ ਦਾ ਥਾਟ ਦੇ ਲੈਵਲ ਤੇ ਤੁਸੀਂ ਉਹਦੇ ਨਾਲ ਚਰਚਾ ਚ ਰਹਿੰਦੇ ਹੋ ਨਹੀਂ ਮੇਰੀ ਗੱਲ ਤਾਂ ਸੋਚ ਲਓ ਹਾਂ ਕੀ ਤੁਹਾਨੂੰ ਲੱਗਦਾ ਕਿ ਕੋਈ ਕੋਈ ਮਤਲਬ ਇੱਕ ਤਾਂ ਤੁਸੀਂ ਆਪਦੇ ਲੈਵਲ ਦੇ ਉੱਤੇ ਕਹਿ ਰਹੇ ਹੋਗੇ ਦੀਪ ਦੀ ਪੂਰੀ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ ਧਰ ਨਹੀਂ ਤੁਸੀਂ ਨਹੀਂ ਦੀਪ ਇਜ਼ ਨੋ ਇਸ਼ੂ ਆਪਾਂ ਇੱਥੇ ਉਹਨੂੰ ਕਿਉਂ ਡਿਸਕਸ ਕਰੀਏ ਦੀਪ ਬਾਰੇ ਮੈਂ ਇੱਕੋ ਗੱਲ ਕਹਿ ਦਿੰਦਾ ਦੀਪ ਨੂੰ ਬਹੁਤ ਬੰਦੇ ਗਲਤ ਸਮਝ ਰਹੇ ਨੇ ਦੀਪ ਨੂੰ ਇਹ ਸਮਝ ਰਹੇ ਵੀ ਉਹਨੂੰ ਕੋਈ ਚਲਾ ਸਕਦਾ ਹੈ ਮੈਂ ਦੀਪ ਨਾਲ ਆਪਦੇ ਐਕਸਪੀਰੀਅੰਸ ਚੋ ਇਸ ਥੇ ਤੇ ਪਹੁੰਚਿਆ ਉਹ ਕਿਸੇ ਦਾ ਚਲਾਇਆ ਕਰਨੀ ਚਾਹੀਦਾ ਨਾ ਮੇਰਾ ਨਾ ਕਿਸੇ ਹੋਰ ਦਾ ਹੀ ਸੋ ਇੰਡੀਪੈਂਡੈਂਟ ਮਾਈਂਡਡ ਕਿਉਂਕਿ ਬੰਦੇ ਇਸ ਗੱਲ ਦੇ ਆਦੀ ਨਹੀਂ ਵੀ ਐ ਵੀ ਕੋਈ ਹੋ ਸਕਦਾ ਹਰ ਬੰਦਾ ਗੁਲਾਮ ਹੈ ਜਿਹੜਾ ਮੈਂ ਪਹਿਲਾਂ ਕਿਹਾ ਕੋਈ ਕਿਸੇ ਵਿਦਵਾਨ ਦਾ ਗੁਲਾਮ ਹੈ ਤੇ ਮੈਂ ਤਾਂ ਗੁਲਾਮ ਬਣਾਉਣੇ ਨਹੀਂ ਚਾਹੁੰਦਾ ਮੈਂ ਤਾਂ ਕੌਨਸ਼ੀਅਸ ਆ ਇਸ ਗੱਲ ਤੋਂ ਮੇਰੀਆਂ ਉਹਨਾਂ ਕਈ ਗੱਲਾਂ ਮੈਂ ਕਈਆਂ ਉਹਨੇ ਨਹੀਂ ਮੰਨੀਆਂ ਹੋਰ ਬੰਦਿਆਂ ਨੇ ਉਹਦੇ ਨਾਲ ਲਕੀਰ ਖੇਚ ਲਈ ਵੀ ਫਿਰ ਤੁਰਦਾ ਬਣ ਜੇ ਸਾਡੀ ਗੱਲ ਨਹੀਂ ਮੰਨਦੇ ਮੈਨੂੰ ਕੋਈ ਨਹੀਂ ਜਿੰਨੀ ਨੇ ਮੰਨ ਲਈ ਉਹ ਵੀ ਠੀਕ ਹੈ ਨਹੀਂ ਮੰਨੀ ਤਾਂ ਕੀ ਹੋ ਗਿਆ ਉਹਦੀ ਮਰਜ਼ੀ ਆ ਅਗਲੇ ਦੀ ਥੋੜਾ ਗੁਲਾਮ ਥੋੜਾ ਹੈ ਉਹ ਬਹੁਤ ਇੰਡੀਪੈਂਡੈਂਟ ਮਾਈਂਡਡ ਹੈ ਮੇਰੀ ਮੇਰੀ ਦੇਖੋ ਉੱਥੇ ਝਾਗ ਕੀਤੀ ਸੀ ਮੰਗ ਕੀਤੀ ਸੀ ਕਿਸਾਨ ਅੰਦੋਲਨ ਦੀ ਜਦੋਂ ਮੈਂ ਦੇਖਿਆ ਕਰੈਕਟਰ ਕੀ ਆਪਾਂ ਇੰਟਰਵਿਊ 'ਚ ਵੀ ਗੱਲ ਕੀਤੀ ਸੀ ਵੀ ਹੁਣ ਕਿਸਾਨ ਅੰਦੋਲਨ ਨਾ ਕਹੋ ਇਹਨੂੰ ਕੱਲਾ ਇਹ ਠੀਕ ਹੈ ਕਿ ਮੇਨ ਡਰਾਈਵਿੰਗ ਫੋਰਸ ਕਿਸਾਨ ਤੇ ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ ਪਰ ਹੁਣ ਤੁਸੀਂ ਪਾਰਟਿਸਪੀਸ਼ਨ ਦੇਖੀਏ ਜਜਬਾ ਦੇਖੀਏ ਇਹ ਹੁਣ ਲੋਕਾਂ ਦਾ ਬਣ ਗਿਆ ਤੇ ਜਿਹਦਾ ਮਤਲਬ ਇਹ ਹੈ ਵੀ ਉਹਦੀ ਲੀਡਰਸ਼ਿਪ ਦੇ ਵਿੱਚ ਵੀ ਕੋਈ ਰਿਪਰੈਜ਼ੈਂਟੇਸ਼ਨ ਕਿਸੇ ਲੈਵਲ ਤੇ ਅਕਮੋਡੇਸ਼ਨ ਹੋਵੇ ਤੇ ਕੰਕ੍ਰੀਟਲੀ ਗੱਲ ਕਰਨੀ ਹੋਏ ਮੇਰੀ ਇਤਨੂੰ ਵੱਡੀ ਕੋਈ ਤਮੰਨਾ ਨਹੀਂ ਸੀ ਵੀ ਜਦੋਂ ਇੱਥੇ ਡਿਸੀਜ਼ਨ ਮੇਕਿੰਗ ਹੁੰਦਾ ਉਸ ਮੀਟਿੰਗ ਚ ਦੀਪ ਸਿੱਧੂ ਤੇ ਲੱਖਾ ਸਦਾਣਾ ਇਹ ਸ਼ਾਮਲ ਕਰ ਲੈਣੇ ਚਾਹੀਦੇ ਕੋਈ ਹਰ ਜਿਨੀ ਜਥੇ ਬੰਦਿਆਂ ਚ ਨਾ ਫਿੱਟ ਕਰੋ ਕਮੇਟੀ ਚ ਨਾ ਲਿਆਓ ਜਸਟ ਜਿੱਥੇ ਦ ਸੀਜ਼ਨ ਲਿਆ ਜਾਂਦੇ ਉਹਦਣਾ ਕੀ ਹੋ ਜਾਂਦਾ ਫਰਕ ਪੈਂਦਾ ਇਸ ਨਾਲ ਫਰਕ ਜਾਤਬਿੰਦ ਰੇ ਪੈਂਦਾ ਜਦੋਂ ਤੁਸੀਂ ਸਿਰਫ ਆਪਦੀ ਬੰਦਿਆਂ ਚ ਫੈਸਲੇ ਕਰ ਰਹੇ ਹੋ ਤੁਸੀਂ ਸਬਜੈਕਟਿਵ ਹੋ ਜਾਂਦੇ ਹੋ ਸੋ ਉਥੋਂ ਗਲਤ ਫੈਸਲੇ ਹੁੰਦੇ ਆ ਤੈਨੂੰ ਪਤਾ ਟੌੜਾ ਇੱਕ ਟੌੜਾ ਡਾਕਟਰ ਨੇ ਕਹਿੰਦੇ ਆ ਟੌੜਾ ਹਰ ਆਪਦੇ ਇੰਸਟੀਚਿਊਸ਼ਨ 'ਚ ਆਪਦਾ ਇੱਕ ਵਿਰੋਧੀ ਜ਼ਰੂਰ ਚੁਣ ਕੇ ਰੱਖਦਾ ਸੀ ਬਿਲਕੁਲ ਵਿਰੋਧੀ ਉਹਨੂੰ ਜਗ੍ਹਾ ਦਿੰਦਾ ਸੀ ਅਕਾਲੀ ਪਰੰਪਰਾ ਇਹੀ ਸੀ ਉੱਥੇ ਡਾਈਸੈਂਟ ਨੂੰ ਇਹ ਨਹੀਂ برداشت ਨਹੀਂ ਸੀ ਕੀਤਾ ਜਾਂਦਾ ਉੱਥੇ ਤਾਂ ਬਹੁਤ برداشت ਸੀਗਾ ਮੈਂ 1978 ਦੀ ਕਾਨਫਰੰਸ ਦੇਖਿਆ ਅਕਾਲੀ ਦਲ ਦੀ ਲੁਧਿਆਣੇ ਅ ਜਿੱਥੇ ਹੁਣ ਸਰਾਂਭਾ ਨਗਰ ਹੈ ਇੱਥੇ ਹੋਈ ਸੀਗੀ ਤੇ ਸਲਾਨਾ ਕਾ ਵੱਡੀ ਕਾਨਫਰੰਸ ਸੀ ਸਰਕਾਰ ਸੀ ਉਦੋਂ ਉਹਨਾਂ ਦੀ ਤੇ ਮੈਂ ਤਾਂ ਉਦੋਂ ਖਰਬਜ਼ਰਬਰ ਦੇ ਤੌਰ ਤੇ ਗਿਆ ਮੈਂ ਤਾਂ ਕਾਮਰੇਡ ਸੀ ਮੈਂ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਦੇਖਿਆ ਵੱਲੋਂ ਬੋਲਣ ਨੂੰ ਸਮਾਂ ਦੇ ਰਹੇ ਨੇ ਸੰਤ ਭਿੰਡਰਾਵਾਲੇ ਜਿਹੜੇ ਕਿੱਡੇ ਕ੍ਰਿਟਿਕ ਹੈ ਭਾਈ ਜਿਹੜੇ ਹੈਗੇ ਆਪਣੇ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਕਿੱਡੇ ਕ੍ਰਿਟਿਕ ਉਹ ਕਾਲੀਆਂ ਦੇ ਸਟੇਜ ਤੇ ਬੋਲੇ ਸ਼ਰੇਆਮ ਸੁਖਜਿੰਦਰ ਸਿੰਘ ਨੂੰ ਕੱਢਤਾ ਸੀ ਬਾਜ਼ਾਰਤ ਚੋਂ ਖੈਰੇ ਦੇ ਪਿਤਾ ਨੂੰ ਹਾਂ ਪਰ ਉਹਨਾਂ ਨੂੰ ਖੁੱਲਾ ਟਾਈਮ ਦਿੱਤਾ ਉੱਥੇ ਕੱਢੇ ਹੋਏ ਬੰਦੇ ਜਿਹੜਾ ਬਾਦਲ ਦਾ ਜਾਨੀ ਦੁਸ਼ਮਣ ਸੀ ਸਾਰੇ ਬੈਠੇ ਸੀ ਉੱਥੇ ਆ ਪਰੰਪਰਾ ਸੀ ਇਕੱਲੀ ਇਹ ਤਾਂ ਹੁਣ ਜਿਉਂ-ਜਿਉਂ ਮੋਨੋਪੋਲਾਈਜੇਸ਼ਨ ਸੈਂਟਰਲਾਈਜੇਸ਼ਨ ਪਰਸਨਲਾਈਜੇਸ਼ਨ ਬਣ ਗਈ ਪਾਵਰ ਦੀ ਉਹ ਪਰੰਪਰਾ ਖਤਮ ਹੋ ਗਈ ਹੁਣ ਤਾਂ ਉਹ ਸੁਸਾਇਟੀ ਦੀ ਬਰਦਾਸ਼ਤ ਨਹੀਂ ਹੋ ਰਿਹਾ 250 ਜੋ ਮੈਨੂੰ ਪਤਾ ਨਹੀਂ ਕੀ ਕਹਿਰ ਚ <li>ਲ ਜੂਗਾ ਜਿਹਨੇ ਆ ਗੱਲ ਕਹਤੀ ਤੇ ਜਿਹਨੂੰ ਅੱਜ ਹੀ ਨਾਮ ਅਸ ਲੈਣਾ ਬਸ ਬੰਦਾ ਬਹੁਤ ਕਮਜ਼ੋਰ ਤੇ ਡਰ ਗਿਆ ਵੱਡਾ ਆਸਰਾ ਕੋਈ ਨਹੀਂ ਉਹ ਬਹੁਤ ਸੇਫ ਜਿਹਾ ਰਹਿਣਾ ਚਾਹੁੰਦਾ ਆਪਣੇ ਸ਼ੈਲ ਜੇਤੀ ਹੈ ਨਾ ਕੰਫਰਟ ਜੋ ਹੋਣਾ ਹੈ ਨਾ ਸੋ ਜਥੇ ਬੰਦੀਆਂ ਤੋਂ ਮੈਨੂੰ ਇਹ ਉਮੀਦ ਸੀ ਗੇਨ ਨੀਕ ਇਹ ਇਹ ਓਪਨ ਅਪ ਹੋ ਜਾਂਦੇ ਨੇ ਸ਼ਾਇਦ ਕੁਝ ਗਲਤ ਡਿਸੀਜਨ ਨਾਲ ਲੈ ਜਾਂਦੇ ਇਹ ਤਾਂ ਪਤਾ ਨਾ ਡਿਸੀਜਨ ਤਾਂ ਗਲਤ ਹੋਏ ਨਾ ਕਿਤੇ ਤੁਸੀਂ ਲੀਡਰਾਂ ਨੂੰ ਜਰ ਐ ਕਿਉਂ ਬਣਾ ਲੈਣ ਉਹ ਵੀ ਉਹ ਤਾਂ ਕਿਤੇ ਗਲਤੀ ਕਰੂਗਾ ਹੀ ਨਹੀਂ ਇਹ ਹੋ ਸਕਦਾ ਕਿਤੇ ਅੱਡੇ ਦੇਵਤੇ ਬਣਾ ਲਓ ਵਿੱਚ ਤਾਂ ਕੋਈ ਨੁਕਸਾਨ ਹੋ ਹੀ ਨਹੀਂ ਸਕਦਾ